ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 30 ਮਈ ਦਿਨ ਮੰਗਲਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਾਨਮੀ ਦੀ ਜਾਣਕਾਰੀ, ਵੱਖ ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖ਼ਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਸਪੌਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖ਼ਬਰਾਂ ਨੂੰ ਸਪੌਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ ਵਾਸੀ, ਪਰਮਜੀਤ ਕੌਰ ਜੀ ਵਾਸੀ ਫ੍ਰੀ ਮਾਉਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-9600 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਖ਼ਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ। ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿੱਜੀ ਲਾਇਰ ਨੇ ਕਾਂਗਰੈਸ਼ਨਲ ਇਨਕੁਆਇਰੀਜ਼ ਦੇ ਨਾਲ ਕੋਆਪਰੇਟ ਕਰਨ ਤੋਂ ਰਿਫਿਊਜ਼ ਕੀਤਾ। ਸਾਊਥ ਕੋਰੀਆ ਦੇ ਲੀਡਰ ਮੂਨ ਨੇ ਥਰਡ ਮਿਜ਼ਾਈਲ ਦੇ ਵਿੱਚ ਜਾਂਚ ਦੇ ਆਦੇਸ਼ ਦਿੱਤੇ। ਵਾਈਟ ਹਾਊਸ ਦੇ ਕਮਿਊਨੀਕੇਸ਼ਨ ਡਾਇਰੈਕਟਰ ਮਾਈਕ ਨੇ ਅਸਤੀਫਾ ਦਿੱਤਾ। ਕਈ ਰਿਪੋਰਟ ਦੇ ਅਨੁਸਾਰ US ਦੇ ਵਿੱਚ ਤਨਖਾਹ ਦੇ ਨਾਲ ਦੁੱਗਣੀ ਕੀਮਤ ਤੇ ਵੱਧ ਰਹੇ ਹਨ ਘਰਾਂ ਦੇ ਪ੍ਰਾਈਸ। US ਨੇ ਕਾਮਯਾਬੀ ਦੇ ਨਾਲ ਮਿਸਾਈਲ ਟੈਸਟ ਨੂੰ ਇੰਟਰਸੈਪਟ ਕਰਕੇ ਨਸ਼ਟ ਕੀਤਾ। ਹੁਣ ਖ਼ਬਰਾਂ ਵਿਸਥਾਰ ਦੇ ਨਾਲ। ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿੱਜੀ ਲਾਇਰ ਮਾਈਕਲ ਕੋਹਨ ਨੇ ਮੰਗਲਵਾਰ ਨੂੰ ਹਾਊਸ ਅਤੇ ਸੈਨੇਟ ਦੀ ਇੰਟੈਲੀਜੈਂਸ ਕਮੇਟੀ ਦੀ ਜਾਂਚ ਦੇ ਵਿੱਚ ਰਸ਼ੀਆ ਦਾ US ਇਲੈਕਸ਼ਨ ਦੇ ਵਿੱਚ ਕੀ ਰੋਲ ਰਿਹਾ ਉਸ ਦੇ ਵਿੱਚ ਕੋਆਪਰੇਟ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਲੈਕਸ਼ਨ ਕੈਂਪੇਨ ਦੇ ਦੌਰਾਨ ਰਸ਼ੀਆ ਦੇ ਨਾਲ ਕੋਈ ਵੀ ਸੰਬੰਧ ਨਹੀਂ ਸਨ ਅਤੇ ਇਹ ਜੋ ਸਭ ਅਫਵਾਹ ਉਡਾਈਆਂ ਜਾ ਰਹੀਆਂ ਹਨ ਇਹ ਸਭ ਬੇਬੁਨਿਆਦ ਹਨ। ਉਹਨਾਂ ਨੇ ਕਿਹਾ ਕਿ ਅੱਜ ਦੀ ਡੇਟ ਤੱਕ ਕੋਈ ਇੱਕ ਵੀ ਗਵਾਹ ਨਹੀਂ ਹੈ ਜੋ ਕਿ ਇਸ ਨੂੰ ਸਾਬਿਤ ਕਰਦਾ ਹੋਵੇ ਕਿ ਰਸ਼ੀਆ ਨੇ US ਇਲੈਕਸ਼ਨ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਪੂਰੇ ਮਾਮਲੇ ਦੇ ਵਿੱਚ ਸੀਨੀਅਰ ਰਿਪਬਲਿਕਨ ਅਤੇ ਡੈਮੋਕਰੈਟ ਪਾਰਟੀ ਦੇ ਰਿਪ੍ਰੈਜੈਂਟੇਟਿਵ, ਜੋ ਕਿ ਸੈਨੇਟ ਅਤੇ ਹਾਊਸ ਦੇ ਪੈਨਲਸ ਨੂੰ ਰਿਪ੍ਰੈਜੈਂਟ ਕਰਦੇ ਹਨ, ਉਹਨਾਂ ਨੇ ਇਸ ਦੇ ਉੱਤੋਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ FBI ਦੀ ਕਾਊਂਟਰ ਇੰਟੈਲੀਜੈਂਸ ਟੀਮ ਪੂਰੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਯੂਕਰੇਨ ਅਤੇ ਰਸ਼ੀਆ ਦਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਂਪੇਨ ਦੇ ਵਿੱਚ ਕੀ ਯੋਗਦਾਨ ਰਿਹਾ ਉਸ ਦੇ ਉੱਤੇ ਜਾਂਚ ਚੱਲ ਰਹੀ ਹੈ। ਮਾਈਕਲ ਕੋਹਨ ਦੀ ਪਤਨੀ ਯੂਕਰੇਨੀਅਨ ਮੂਲ ਦੀ ਹੈ ਅਤੇ ਇਸ ਤੋਂ ਪਹਿਲਾਂ ਉਹਨਾਂ ਨੇ ਉਸ ਦੇਸ਼ ਦੇ ਵਿੱਚ ਕਈ ਬਿਜ਼ਨਸ ਵੀ ਕੀਤੇ। ਇਸ ਪੂਰੇ ਮਾਮਲੇ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਕੀਲ ਦਾ ਨਾਮ ਵੀ ਕਾਫ਼ੀ ਸਾਹਮਣੇ ਆ ਰਿਹਾ ਹੈ ਕਿਉਂਕਿ ਰਸ਼ੀਆ ਦੇ ਨਾਲ ਉਹਨਾਂ ਦੇ ਵੀ ਕਈ ਸੰਬੰਧ ਸਾਹਮਣੇ ਆ ਰਹੇ ਹਨ। ਇਸ ਮਾਮਲੇ ਦੇ ਵਿੱਚ ਨਾਰਥ ਕੈਰੋਲਾਈਨਾ ਤੋਂ ਰਿਪਬਲਿਕਨ ਸੈਨੇਟਰ ਰਿਚਰਡ ਬਰ ਅਤੇ, ਜੋ ਕਿ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਹਨ, ਅਤੇ ਇਸ ਦੇ ਨਾਲ ਨਾਲ ਵਰਜੀਨੀਆ ਤੋਂ ਸੈਨੇਟਰ ਮਾਰਕ ਵਾਰਨਰ, ਜੋ ਕਮੇਟੀ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਨੂੰ ਰਿਪ੍ਰੈਜੈਂਟ ਕਰ ਰਹੇ ਹਨ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿੱਜੀ ਵਕੀਲ ਨੂੰ ਟੈਸਟੀਫਾਈ ਦੇ ਲਈ ਸੱਦਿਆ ਸੀ। ਸਾਊਥ ਕੋਰੀਆ ਦੇ ਲੀਡਰ ਮੂਨ ਨੇ ਥਰਡ ਮਿਜ਼ਾਈਲ ਦੇ ਮਾਮਲੇ ਦੇ ਵਿੱਚ ਜਾਂਚ ਦੇ ਆਦੇਸ਼ ਦਿੱਤੇ ਹਨ। ਇਕਾਈ ਰਿਪੋਰਟ ਦੇ ਮੁਤਾਬਿਕ ਸਾਊਥ ਕੋਰੀਅਨ ਪ੍ਰੈਜੀਡੈਂਟ ਮੂਨ ਜੇ ਨੇ ਇਸ ਜਾਂਚ ਦੇ ਆਦੇਸ਼ ਉਦੋਂ ਦਿੱਤੇ ਜਦੋਂ ਉਹਨਾਂ ਦੇ ਹੀ ਡਿਫੈਂਸ ਮਿਨਿਸਟਰੀ ਨੇ ਉਹਨਾਂ ਨੂੰ ਥਰਡ ਮਿਜ਼ਾਈਲ, ਜੋ ਕਿ ਐਂਟੀ ਮਿਜ਼ਾਈਲ ਸਿਸਟਮ US ਦੁਆਰਾ ਸਾਊਥ ਕੋਰੀਆ ਨੂੰ ਦਿੱਤਾ ਗਿਆ ਹੈ, ਉਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਦ ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ, ਜੋ ਕਿ ਥਰਡ ਦੀ ਫੁੱਲ ਫਾਰਮ ਬਣਦੀ ਹੈ, ਇਹ ਨਾਰਥ ਕੋਰੀਆ ਦੇ ਮਿਜ਼ਾਈਲ ਥ੍ਰੈਟ ਨੂੰ ਦੇਖਦੇ ਹੋਏ ਸਾਊਥ ਕੋਰੀਆ ਵੱਲੋਂ ਅਮਰੀਕਾ ਤੋਂ ਲਈਆਂ ਗਈਆਂ ਸਨ, ਪਰ ਇਸ ਦੀ ਕੋਈ ਵੀ ਜਾਣਕਾਰੀ ਸਾਊਥ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਤੱਕ ਨਹੀਂ ਪਹੁੰਚੀ। ਉਹਨਾਂ ਨੇ ਆਪਣੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਇਸ ਦੇ ਉੱਤੇ ਪਾਰਲੀਮੈਂਟਰੀ ਰਿਵਿਊ ਸਿਸਟਮ ਦੀ ਗੱਲਬਾਤ ਕਹੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਸੁਣ ਕੇ ਬਹੁਤ ਹੀ ਸ਼ੌਕ ਲੱਗਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ 4 ਹੋਰ ਐਡੀਸ਼ਨਲ ਲਾਂਚਰ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਇੰਸਟਾਲ ਕੀਤੇ ਗਏ ਹਨ। ਸਾਊਥ ਕੋਰੀਆ ਦੇ ਵਿੱਚ ਤਣਾਅ ਤੇ US ਮਿਲਟਰੀ ਦੇ ਵੱਲੋਂ, ਹਾਲਾਂਕਿ ਇਸ ਮਾਮਲੇ ਦੇ ਉੱਤੇ ਕੋਈ ਵੀ ਇਮੀਡੀਏਟ ਕਮੈਂਟ ਜਾਰੀ ਨਹੀਂ ਕੀਤਾ ਗਿਆ ਹੈ, ਨਾ ਹੀ ਸਾਊਥ ਕੋਰੀਆ ਦੀ ਮਿਲਟਰੀ ਦੇ ਵੱਲੋਂ ਇਸ ਦੇ ਉੱਤੇ ਕੋਈ ਵੀ ਕਿਸੇ ਪ੍ਰਕਾਰ ਦੀ ਟਿੱਪਣੀ
ਬਣਾਈ ਹੈ। ਹਾਲਾਂਕਿ ਮੂਨ ਦੀ ਇਸ ਦਿੱਤੀ ਗਈ ਜਾਂਚ ਤੋਂ ਬਾਅਦ ਵਿੱਚ ਸਾਊਥ ਕੋਰੀਆ ਅਤੇ ਚਾਈਨਾ ਦੇ ਰਿਲੇਸ਼ਨਾਂ ਦੇ ਵਿੱਚ ਵੀ ਕਾਫ਼ੀ ਫਰਕ ਪਵੇਗਾ। ਸਾਊਥ ਕੋਰੀਆ ਦੇ ਵਿੱਚ US ਦੇ 28,500 ਟਰੁੱਪਸ ਤੈਨਾਤ ਹਨ ਅਤੇ ਸਾਊਥ ਕੋਰੀਆ ਦੇ ਨਾਲ ਕੋਰੀਨ ਵਾਰ ਤੋਂ ਬਾਅਦ ਕੀਤੀ ਗਈ ਟ੍ਰੀਟੀ ਦੇ ਅਨੁਸਾਰ US ਮਿਲਟਰੀ ਟਰੁੱਪ ਸਾਊਥ ਕੋਰੀਆ ਦੇ ਵਿੱਚ ਤੈਨਾਤ ਹਨ। ਸਾਊਥ ਕੋਰੀਆ ਨੇ ਇਹ ਵੀ ਬਿਆਨ ਦਿੱਤਾ ਕਿ ਉਹਨਾਂ ਨੇ US ਦੀ ਮਿਲਟਰੀ ਦੇ ਨਾਲ ਸੁਪਰਸੋਨਿਕ B-1B ਲਾਂਚਰ ਦੇ ਉੱਤੇ ਵੀ ਪ੍ਰੀਖਣ ਕੀਤਾ ਹੈ। ਵਾਈਟ ਹਾਊਸ ਦੇ ਕਮਿਊਨੀਕੇਸ਼ਨ ਡਾਇਰੈਕਟਰ ਮਾਈਕ ਨੇ ਅੱਜ ਵਾਈਟ ਹਾਊਸ ਦੇ ਵਿੱਚੋਂ ਅਸਤੀਫਾ ਦੇ ਦਿੱਤਾ। ਮਾਈਕ ਜੋ ਕਿ ਇੱਕ ਸੀਨੀਅਰ ਐਕਸਪੀਰੀਅੰਸਡ ਰਿਪਬਲਿਕਨ ਸਟ੍ਰੈਟੇਜਿਸਟ ਹਨ, ਉਹਨਾਂ ਨੂੰ ਮਾਰਚ ਦੇ ਵਿੱਚ ਵਾਈਟ ਹਾਊਸ ਦੀ ਮੀਡੀਆ ਸਟ੍ਰੈਟੇਜੀ ਦੇ ਲਈ ਹਾਇਰ ਕੀਤਾ ਗਿਆ ਸੀ। ਪੋਲੀਟਿਕੋ ਤੋਂ ਆਈ ਇੱਕ ਖਬਰ ਦੇ ਮੁਤਾਬਿਕ ਮਾਈਕ ਨੇ 18 ਮਈ ਨੂੰ ਹੀ ਆਪਣਾ ਅਸਤੀਫਾ ਪੇਸ਼ ਕਰ ਦਿੱਤਾ ਸੀ। ਵਾਈਟ ਹਾਊਸ ਦੇ ਚੀਫ ਆਫ ਸਟਾਫ ਰਿੰਸ ਪ੍ਰੀਬਸ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਸੀ ਕਿ ਮਾਈਕ ਨੂੰ ਉਨਾ ਚਿਰ ਆਪਣੀ ਪੋਜੀਸ਼ਨ 'ਤੇ ਰਹਿਣਾ ਹੋਵੇਗਾ ਜਿੰਨਾ ਚਿਰ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਮਿਡਲ ਈਸਟ ਅਤੇ ਯੂਰਪ ਦੇ ਟੂਰ ਤੋਂ ਵਾਪਸ ਨਹੀਂ ਆਉਂਦੇ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੇਸ਼ ਦੇ ਵਿੱਚ ਵਾਪਸ ਆਉਂਦੇ ਹੀ ਉਹਨਾਂ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪੇਸ਼ ਕਰ ਦਿੱਤਾ। ਹਾਲਾਂਕਿ ਉਹਨਾਂ ਨੇ ਆਪਣੇ ਇਸ ਅਸਤੀਫੇ ਨੂੰ ਇੱਕ ਨਿੱਜੀ ਕਾਰਨ ਦੱਸਦੇ ਹੋਏ ਮੀਡੀਆ ਦੇ ਵਿੱਚ ਇਹ ਬਿਆਨ ਦਿੱਤਾ ਕਿ ਉਹ ਆਪਣੇ ਨਿੱਜੀ ਕਾਰਨਾਂ ਦੇ ਕਾਰਨ ਇਸ ਪੋਜੀਸ਼ਨ ਤੋਂ ਅਸਤੀਫਾ ਦੇ ਰਹੇ ਹਨ ਅਤੇ ਭਵਿੱਖ ਦੇ ਵਿੱਚ ਕਿਸੇ ਵੀ ਸਲਾਹ ਦੇ ਲਈ ਉਹ ਵਾਈਟ ਹਾਊਸ ਜੇ ਜਦੋਂ ਵੀ ਉਹਨਾਂ ਨੂੰ ਚਾਹੇਗਾ ਸੱਦ ਸਕਦਾ ਹੈ। ਉਹਨਾਂ ਨੇ ਕਿਹਾ ਕਿ ਵਾਈਟ ਹਾਊਸ ਦੇ ਵਿੱਚ ਬਹੁਤ ਵਧੀਆ ਮਿਹਨਤੀ ਅਤੇ ਕਾਬਿਲ ਲੋਕ ਕੰਮ ਕਰ ਰਹੇ ਹਨ ਜੋ ਕਿ ਅਮੈਰੀਕਨ ਲੋਕਾਂ ਨੂੰ ਅੱਗੇ ਲੈ ਕੇ ਜਾਣਗੇ। ਕਈ ਰਿਪੋਰਟ ਦੇ ਮੁਤਾਬਿਕ US ਦੇ ਵਿੱਚ ਤਨਖਾਹ ਦੇ ਨਾਲੋਂ ਹਾਊਸ ਘਰਾਂ ਦੀ ਕੀਮਤ ਦੁੱਗਣੀ ਸਪੀਡ ਦੇ ਨਾਲ ਵੱਧ ਰਹੀ ਹੈ। ਦੀ ਸਟੈਂਡਰਡ ਐਂਡ ਪੂਰਸ ਕੋਰਲੋਜਿਕ ਦੁਆਰਾ ਕੀਤੇ ਗਏ ਇੱਕ ਸਰਵੇ ਦੇ ਮੁਤਾਬਿਕ ਅਮੈਰੀਕਾ ਦੇ ਵਿੱਚ ਜਿਸ ਹਿਸਾਬ ਦੇ ਨਾਲ ਤਨਖਾਹਾਂ ਵੱਧ ਰਹੀਆਂ ਹਨ ਉਸ ਤੋਂ ਦੁੱਗਣੀ ਰਫ਼ਤਾਰ ਦੇ ਉੱਤੇ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਇਸ ਦੇ ਚੱਲਦੇ ਆਮ ਲੋਕਾਂ ਨੂੰ ਘਰ ਖਰੀਦਣਾ ਬਹੁਤ ਔਖਾ ਹੋਇਆ ਪਿਆ ਹੈ। ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਘਰਾਂ ਦੀ ਪ੍ਰਾਈਸ ਸਿਆਟਲ ਦੇ ਵਿੱਚ ਚੜ੍ਹੀ ਜਿੱਥੇ ਕਿ 12 ਤੋਂ ਲੈ ਕੇ 13% ਦਾ ਇਨਕਰੀਜ਼ ਦੇਖਣ ਨੂੰ ਮਿਲਿਆ। ਉੱਧਰ ਹੀ ਪੋਰਟਲੈਂਡ ਓਰੇਗਨ ਦੇ ਵਿੱਚ 10% ਦਾ ਵਾਧਾ ਘਰਾਂ ਦੀਆਂ ਕੀਮਤਾਂ ਦੇ ਵਿੱਚ ਹੋਇਆ ਅਤੇ ਟੈਕਸਸ ਦੇ ਡੈਲਸ ਦੇ ਵਿੱਚ ਤਕਰੀਬਨ 9% ਘਰਾਂ ਦੀਆਂ ਕੀਮਤਾਂ ਵਧੀਆਂ ਅਤੇ ਨਿਊਯਾਰਕ ਸਿਟੀ ਦੇ ਵਿੱਚ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ। ਹਾਲਾਂਕਿ ਨਿਊਯਾਰਕ ਸਿਟੀ ਦੇ ਵਿੱਚ ਆਲਰੇਡੀ ਘਰਾਂ ਦੀਆਂ ਕੀਮਤਾਂ ਕਾਫ਼ੀ ਜ਼ਿਆਦਾ ਹਨ। ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਆਈ ਇਸ ਰਿਪੋਰਟ ਦੇ ਮੁਤਾਬਿਕ ਨਿਊਯਾਰਕ ਦੇ ਵਿੱਚ ਐਵਰੇਜ ਆਰਲੀ ਅਰਨਿੰਗਸ ਦੇ ਨਾਲੋਂ ਘਰਾਂ ਦੀਆਂ ਕੀਮਤਾਂ ਕਿਤੇ ਜ਼ਿਆਦਾ ਹਨ, ਜਿਸ ਦੇ ਨਾਲ ਨਿਊਯਾਰਕ ਸਿਟੀ ਦੇ ਵਿੱਚ ਲੋਕਾਂ ਨੂੰ ਘਰ ਲੈਣਾ ਲਗਭਗ ਨਾਮੁਮਕਿਨ ਹੈ। ਪੈਂਟਾਗਨ ਤੋਂ ਆਈ ਇੱਕ ਖਬਰ ਦੇ ਮੁਤਾਬਿਕ ਪੈਂਟਾਗਨ ਨੇ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਨੂੰ ਕਾਮਯਾਬੀ ਦੇ ਨਾਲ ਰੋਕਿਆ ਹੈ ਅਤੇ ਉਸਨੂੰ ਨਸ਼ਟ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਨਾਰਥ ਕੋਰੀਆ ਦੇ ਵੱਲੋਂ ਲਾਂਚ ਕੀਤੀ ਗਈ ਇੱਕ ਮਿਜ਼ਾਈਲ ਜਿਸਦਾ ਉਹ ਪ੍ਰੀਖਣ ਕਰ ਰਹੇ ਸਨ, ਉਹਨਾਂ ਦੀ ਮਿਜ਼ਾਈਲ ਡਿਫੈਂਸ ਏਜੰਸੀ ਨੇ ਉਸਨੂੰ ਇੰਟਰਸੈਪਟ ਕਰਕੇ ਉਸਨੂੰ ਨਸ਼ਟ ਕਰ ਦਿੱਤਾ। ਪੈਂਟਾਗਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਇਹ ਸਿਸਟਮ ਉਹਨਾਂ ਦੇ ਡਿਫੈਂਸ ਦੇ ਲਈ ਕਾਫ਼ੀ ਜ਼ਿਆਦਾ ਕਾਰਗਰ ਹੈ ਅਤੇ ਇਸ ਦੇ ਨਾਲ ਉਹ ਆਪਣੇ ਦੇਸ਼ ਨੂੰ ਹੋਰ ਸੁਰੱਖਿਅਤ ਕਰ ਸਕਦੇ ਹਨ। ਹਜੇ ਵੈਸੇ ਪੈਂਟਾਗਨ ਇਸ ਪੂਰੇ ਮਾਮਲੇ ਦੇ ਉੱਤੇ ਟੈਸਟਿੰਗ ਕਰ ਰਿਹਾ ਅਤੇ ਇਸ ਦੀ ਪੂਰੀ ਕੋਸਟ ਕਈ ਐਕਸਪਰਟਸ ਦੇ ਮੁਤਾਬਿਕ $40 billion ਹੋ ਸਕਦੀ ਹੈ। 2010 ਦੇ ਵਿੱਚ ਇਸ ਸਿਸਟਮ ਦੀ ਸਕਸੈਸ ਰੇਟ 40% ਸੀ, ਜੋ ਕਿ ਹੁਣ ਕਾਫ਼ੀ ਜ਼ਿਆਦਾ ਅੱਗੇ ਨਾਲੋਂ ਵਧੀ ਹੈ। 2002 ਤੋਂ ਲੈ ਕੇ ਹਜੇ ਤੱਕ ਕੁੱਲ $40 billion ਇਸ ਸਿਸਟਮ ਦੇ ਵਿੱਚ US ਇਨਵੈਸਟ ਕਰ ਚੁੱਕਿਆ ਹੈ ਅਤੇ ਮਿਜ਼ਾਈਲ ਡਿਫੈਂਸ ਏਜੰਸੀ ਨੇ ਇਸ ਨੂੰ ਇੱਕ ਬਹੁਤ ਵਧੀਆ ਮਿਜ਼ਾਈਲ ਡਿਫੈਂਸ ਸਿਸਟਮ ਕਰਾਰ ਦਿੱਤਾ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਸੈਨ ਹੋਜੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 74 degrees ਅਤੇ ਰਾਤ ਨੂੰ ਲੋਅ ਟੈਂਪਰੇਚਰ 58 degrees। ਸੈਨ ਫਰਾਂਸਿਸਕੋ ਦੇ ਵਿੱਚ 64 degrees ਹਾਈ ਅਤੇ ਰਾਤ ਨੂੰ 56 degrees ਲੋਅ। ਸੈਕਰਾਮੈਂਟੋ ਦੇ ਵਿੱਚ 82 degrees ਹਾਈ ਅਤੇ ਰਾਤ ਨੂੰ 56 degrees ਲੋਅ। ਯੂਬਾ ਸਿਟੀ ਦੇ ਵਿੱਚ 82 degrees ਹਾਈ ਅਤੇ ਰਾਤ ਨੂੰ 58 degrees ਲੋਅ। ਸਟੋਕਟਨ ਦੇ ਵਿੱਚ 83 degrees ਹਾਈ ਅਤੇ ਰਾਤ ਨੂੰ 55 degrees ਲੋਅ। ਟ੍ਰੇਸੀ ਦੇ ਵਿੱਚ 81 degrees ਹਾਈ ਅਤੇ ਰਾਤ ਨੂੰ 58 degrees ਲੋਅ। ਮੋਡੈਸਟੋ ਦੇ ਵਿੱਚ 83 degrees ਹਾਈ ਅਤੇ ਰਾਤ ਨੂੰ 58 degrees ਲੋਅ। ਫ੍ਰੈਜ਼ਨੋ ਦੇ ਵਿੱਚ 80 degrees ਹਾਈ ਅਤੇ ਰਾਤ ਨੂੰ 58 degrees ਲੋ। ਬੇਕਰਸਫੀਲਡ ਦੇ ਵਿੱਚ 79 degrees ਹਾਈ ਅਤੇ ਰਾਤ ਨੂੰ 63 degrees ਲੋ। ਲੋਸ ਏਂਜਲਸ ਦੇ ਵਿੱਚ 71 degrees ਹਾਈ ਅਤੇ ਰਾਤ ਨੂੰ 60 degrees ਲੋ। ਟਰਕੀ ਦੇ ਵਿੱਚ 69 degrees ਹਾਈ ਅਤੇ ਰਾਤ ਨੂੰ 33 degrees ਲੋ। ਸਾਊਥ ਲੇਕ ਟਾਹੋ ਦੇ ਵਿੱਚ 61 degrees ਹਾਈ ਅਤੇ ਰਾਤ ਨੂੰ 36 degrees ਲੋ। ਪੋਰਟਲੈਂਡ ਓਰੇਗਨ ਦੇ ਵਿੱਚ 73 degrees ਹਾਈ ਅਤੇ ਰਾਤ ਨੂੰ 57 degrees ਲੋ। ਸੈਟਲ ਦੇ ਵਿੱਚ 79 degrees ਹਾਈ ਅਤੇ ਰਾਤ ਨੂੰ 55 degrees ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 73 degrees ਹਾਈ ਅਤੇ ਰਾਤ ਨੂੰ 41 degrees ਲੋ। ਸੋਲਟ ਲੇਕ ਸਿਟੀ ਯੂਟਾ ਦੇ ਵਿੱਚ 92 degrees ਹਾਈ ਅਤੇ ਰਾਤ ਨੂੰ 65 degrees ਲੋ। ਸ਼ਿਕਾਗੋ ਦੇ ਵਿੱਚ 71 degrees ਹਾਈ ਅਤੇ ਰਾਤ ਨੂੰ 54 degrees ਲੋ। ਨਿਊਯਾਰਕ ਦੇ ਵਿੱਚ 75 degrees ਹਾਈ ਅਤੇ ਰਾਤ ਨੂੰ 60 degrees ਲੋ। ਟੋਰਾਂਟੋ ਕੈਨੇਡਾ ਦੇ ਵਿੱਚ 19 degrees ਸੈਲਸੀਅਸ ਹਾਈ ਅਤੇ ਰਾਤ ਨੂੰ 8 degrees ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 24 degrees ਸੈਲਸੀਅਸ ਹਾਈ ਅਤੇ ਰਾਤ ਨੂੰ 10 degrees ਸੈਲਸੀਅਸ ਲੋ। ਕੈਲਗਰੀ ਦੇ ਵਿੱਚ 28 degrees ਸੈਲਸੀਅਸ ਹਾਈ ਅਤੇ ਰਾਤ ਨੂੰ 12 degrees ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 19 degrees ਸੈਲਸੀਅਸ ਹਾਈ ਅਤੇ ਰਾਤ ਨੂੰ 13 degrees ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 34 degrees ਸੈਲਸੀਅਸ ਹਾਈ ਅਤੇ ਰਾਤ ਨੂੰ 23 degrees ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 13 degrees ਸੈਲਸੀਅਸ ਹਾਈ ਅਤੇ ਰਾਤ ਨੂੰ 8 degrees ਸੈਲਸੀਅਸ ਲੋ। ਲੰਡਨ ਦੇ ਵਿੱਚ 21 degrees ਸੈਲਸੀਅਸ ਹਾਈ ਅਤੇ ਰਾਤ ਨੂੰ 11 degrees ਸੈਲਸੀਅਸ ਲੋ ਰਹੇਗਾ। ਬਰਲਿਨ
ਬਰਲਿਨ ਜਰਮਨੀ ਦੇ ਵਿੱਚ 22 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 24 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਮੰਗਲਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 50 ਅੰਕਾਂ ਦੀ ਗਿਰਾਵਟ ਦੇ ਨਾਲ 21,029.47 ਤੇ ਬੰਦ ਹੋਇਆ। ਨੈਸਟੈਕ 7 ਅੰਕਾਂ ਦੀ ਗਿਰਾਵਟ ਦੇ ਨਾਲ 6,03.19 ਤੇ ਬੰਦ ਹੋਇਆ। S&P 2 ਅੰਕਾਂ ਦੀ ਗਿਰਾਵਟ ਦੇ ਨਾਲ 2,412.91 ਤੇ ਬੰਦ ਹੋਇਆ ਅਤੇ ਵਿਲਸ਼ਰ 5,053 ਅੰਕਾਂ ਦੀ ਗਿਰਾਵਟ ਦੇ ਨਾਲ 25,053.40 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟੈਸਲਾ ਦਾ ਰਿਹਾ, ਜਿਸ ਦੀ ਕੀਮਤ 335.8 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 64.63 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 47.99 ਪੈਸੇ, ਇੱਕ ਬ੍ਰਿਟਿਸ਼ ਪਾਊਂਡ ਦੀ ਕੀਮਤ ਰਹੀ 82.82 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 72.25 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 48.24 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45.81 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 46.62 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 170.42 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 212.96 ਪੈਸੇ। ਸੋਨੇ ਦਾ ਰੇਟ $1,261.09 ਪਰ ਆਊਂਸ ਰਿਹਾ ਅਤੇ ਚਾਂਦੀ $17.03 ਪਰ ਆਊਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖ਼ਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradio.usa.com ਤੇ। ਇੱਕ ਵਾਰੀ ਫਿਰ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।